ਪਰਮਾਤਮਾ ਦੀ ਦੇਣ ਹੈ ਵੀ ਮੈਂ ਤੁਹਾਡੇ ਵਿੱਚ ਜਿਉਂਦਾ ਬੈਠਾ। ਹਾਲਾਤ ਨਹੀਂ ਸੀਗੇ ਵੀ ਮੈਂ ਜਿਉਂਦਾ ਰਹਿ ਜਾਂਦਾ। 12:24 'ਤੇ ਮੇਰੀ ਵਾਈਫ ਹੈ ਬ੍ਰਿਸਬੇਨ ਤੋਂ ਆਈ ਹੈ, ਮੈਂ ਉਹਨੂੰ ਰਿਸੀਵ ਕਰਨ ਵਾਸਤੇ ਗਿਆ। ਜਹਾਜ਼ ਲੇਟ ਹੋ ਗਿਆ 12:24 'ਤੇ, ਅਤੇ 1:15 ਅਸੀਂ ਏਅਰਪੋਰਟ ਤੋਂ ਬਾਹਰ ਨਿਕਲੇ। ਮੈਂ, ਮੇਰੀ ਮਿਸਿਸ ਇੱਕ, ਦਵਿੰਦਰ ਸਿੰਘ ਮਲੋਟ ਤੋਂ ਬੁਰਜਾ ਪਿੰਡ ਨਾਲ, ਉਹ ਵੀ ਬ੍ਰਿਸਬੇਨ ਤੋਂ ਆਇਆ ਸੀ, ਅਤੇ ਮੇਰੇ ਬੇਟੇ ਨੇ ਆਖਿਆ ਸੀ ਵੀ ਤੁਸੀਂ ਇਹਨਾਂ ਨੂੰ ਵੀ ਨਾਲ ਲੈ ਚੱਲੋ, ਵੀ ਇੱਕ ਬੰਦੇ ਵਾਸਤੇ ਟੈਕਸੀ ਕਿਵੇਂ ਆਊਗੀ ਵੀ ਮੁਸ਼ਕਲ ਨਾ ਆਵੇ। ਉਹਨੂੰ ਵੀ ਮੈਂ ਨਾਲ ਲੈ ਬਿਠਾਇਆ। ਇਹ ਮੁੰਡਾ ਲਖਵਿੰਦਰ ਸਿੰਘ ਸਾਡਾ ਡਰਾਈਵਰ ਸੀ, ਸਕਿੱਲਡ ਬੰਦਾ ਸੀ, ਨੌਜਵਾਨ ਮੁੰਡਾ ਸੀ। ਪਹਿਲਾਂ ਮੈਂ ਸਾਰਿਆਂ ਤੋਂ ਕਰਨ ਤੋਂ ਉਹਨੂੰ ਦੱਸ ਦਿੰਦਾ, ਉਹਦਾ ਨੰਬਰ ਵੀ ਮੇਰੇ ਕੋਲ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸੋਣਾ, ਵੀ ਐਡਾ ਸਕਿੱਲਡ ਮੁੰਡਾ ਆਪਦੀ ਜੋਖਮ ਪਾ ਕੇ ਸਾਡੀ ਜਾਨ ਬਚਾਈ ਉਹਨੇ। ਅਸੀਂ ਉੱਥੋਂ ਚੱਲ ਕੇ 1:15 ਬਾਹਰ ਨਿਕਲ ਕੇ 2:15 ਜਿਹੜਾ ਨੈਸ਼ਨਲ ਹਾਈਵੇ 9 ਦੇ ਉੱਤੇ ਹਵੇਲੀ ਹੈ, ਢਾਬਾ ਹੋਟਲ ਮੰਨਤ ਹੋਣ ਦੇ ਨਾਲ ਕਰਕੇ, ਅਸੀਂ ਉੱਥੇ ਬੈਠ ਕੇ ਚਾਹ ਪਾਣੀ ਪੀਤਾ, ਬੈਠੇ ਹਾਂ। ਸਾਡੇ ਨਾਲ 2 ਮੁੰਡੇ ਹੋਰ ਵੀ ਆ ਕੇ ਬਹਿ ਗਏ ਨਾਈਟ 'ਤੇ। ਸਾਨੂੰ ਉਹਨਾਂ ਦਾ, ਉਹਨਾਂ ਦੇ ਟੀ ਸ਼ਰਟਾਂ ਪਾਈਆਂ, ਲੋਹਰਾਂ ਪਾਈਆਂ, ਆਮ ਰੂਟੀਨ ਦੇ ਵਿੱਚ ਅਸੀਂ ਵੀ ਪੀਂਦੇ ਹਾਂ, ਉਹਨੇ ਪੀਂਦੇ ਹਾਂ। ਸਾਡਾ ਉਹਨਾਂ ਕੋਈ ਮਤਲਬ ਨਹੀਂ ਸੀ ਵੀ ਕਿਵੇਂ ਆ ਤੁਸੀਂ, ਕੀ ਕਰਦੇ ਹਾਂ। ਉਹ ਬਾਅਦ ਦੇ ਵਿੱਚ ਸਾਨੂੰ ਦੱਸਦਾ ਵੀ ਉਹ ਸਾਨੂੰ ਕਿਵੇਂ ਪਤਾ ਲੱਗੀ। ਉੱਥੇ ਉਹਨਾਂ ਨੇ ਸਾਨੂੰ, ਅਸੀਂ ਚਾਹ ਪਾਣੀ ਪੀਤਾ, ਬੈਠੇ ਹਾਂ। ਅਸੀਂ 3:15 ਦੇ ਆਸੇ ਪਾਸੇ ਅਸੀਂ ਉਹ ਹੋਟਲ ਛੱਡਤਾ, ਅਤੇ ਅਸੀਂ ਆਪਦੀ ਮੰਜ਼ਿਲ ਆਪਦੇ ਰਸਤੇ ਪੰਜਾਬ ਘਰ ਵੱਲ ਅਸੀਂ ਚੱਲ ਪਏ ਹਾਂ। ਅਜੇ 20-25 ਕਿਲੋਮੀਟਰ ਅਸੀਂ ਗਏ ਹਾਂ, ਅਤੇ ਪਿੱਛੋਂ ਇੱਕ ਗੱਡੀ ਆਈ ਹੈ ਜਿਹੜੀ ਸਾਡੇ ਕੋਲ ਵੀ ਸੀਰਾ ਸੀ ਅਤੇ ਉਹਨਾਂ ਕੋਲ ਵੀ ਸੀਰਾ ਸੀ। ਬੜੀਆਂ ਤੇਜ਼ ਲਾਈਟਾਂ, ਉਹਨਾਂ ਨੇ ਸਾਨੂੰ ਚੱਲ ਕੇ ਬਿਲਕੁਲ ਦਿਨ ਅੱਗੇ ਬ੍ਰੇਕ ਮਾਰਤੇ। ਅਸੀਂ ਘਬਰਾ ਗਏ, ਅਸੀਂ ਆਖਿਆ ਵੀ ਇਹ ਕੀ ਹੋ ਗਿਆ, ਵੀ ਕਾਰਨ ਕੀ ਹੈ, ਬ੍ਰੇਕ ਕਿਉਂ ਲੰਮਾਰੀ, ਉਹਨੇ ਸਾਡੀ ਗੱਡੀ ਨੂੰ ਹਿੱਟ ਕਿਉਂ ਕੀਤਾ ਹੈ, ਜਾਂ ਸਾਡੀ ਗਲਤੀ ਹੈ। ਅਤੇ ਸਾਡੇ ਡਰਾਈਵਰ ਨੇ ਕਿਹਾ ਵੀ ਅੰਕਲ ਜੀ, ਆਪਾਂ ਹੁਣ ਮੌਤ ਦੇ ਪੰਜੇ 'ਚ ਆ ਗਏ ਹਾਂ, ਆਪਣੇ ਕੋਲ ਗੈਰ ਅਨਸਰਾਂ ਨੇ ਪਿੱਛਾ ਕੀਤਾ, ਉਹਨਾਂ ਨੇ ਉਹ ਆ ਕੇ ਆਪਣੇ 'ਤੇ ਹਾਵੀ ਹੋ ਗਏ, ਉਹ ਆਪਣਾ ਨੁਕਸਾਨ ਕਰਨਗੇ, ਹੁਣ ਤੁਸੀਂ ਸਬਰ ਰੱਖੋ ਅਤੇ ਆਰਾਮ ਨਾਲ ਬਹਿ ਜਾਓ, ਮੈਂ ਜਾਣਾ ਮੇਰਾ ਕੰਮ ਗਿਆ ਜੀ। ਤਕਰੀਬਨ ਉੱਥੋਂ ਅਸੀਂ ਚੱਲੇ ਹਾਂ, ਜਿਵੇਂ ਜਿਵੇਂ ਵਾਰਦਾਤ ਹੁੰਦੀ, ਕਦੇ ਸੱਜੇ ਮੁੜਿਓ, ਕਦੇ ਖੱਬੇ ਮੁੜਿਓ, ਕਦੇ ਅੱਗੇ, ਕਦੇ ਪਿੱਛੇ, ਹਾਂਸੀ ਤਿੱਕਰ ਇਹੋ ਸਾਡੇ ਨਾਲ ਵਾਰਦਾਤ ਹੁੰਦੀ ਰਹੀਆਂ। ਅਤੇ ਸਾਨੂੰ ਇਹ 150 ਕਿਲੋਮੀਟਰ ਦੇ ਵਿੱਚ ਇੱਕ ਵੀ ਜਗ੍ਹਾ 'ਤੇ ਪੁਲਿਸ ਕਰਮਚਾਰੀ ਨਹੀਂ ਮਿਲਿਆ, ਜਾਂ ਕੋਈ ਸਿਕਿਉਰਿਟੀ ਨਹੀਂ ਮਿਲੇ, ਜਾਂ ਕੋਈ ਰੇਡ ਕਰਦਾ, ਜਾਂ ਕੋਈ ਸੜਕ ਸੁਰੱਖਿਆ ਫੋਰਸ ਹੈ, ਕੋਈ ਸਾਨੂੰ ਨਹੀਂ ਮਿਲਿਆ, ਜਿਸ ਕਦੇ ਅਸੀਂ ਸ਼ਰਨ 'ਚ ਪੈ ਜਾਂਦੇ ਵੀ ਅਸੀਂ ਹੁਣ ਸਾਨੂੰ ਬਚਾਓ ਵਾਸਤੇ ਹੈ। ਉੱਥੋਂ ਆ ਕੇ ਜਿਹੜੀ ਸਾਨੂੰ ਇੱਕ ਨੋਵਾ ਕਾਰ ਮਿਲਿਆ, PB 29 ਨੰਬਰ ਸੀ, ਅਗਲਾ ਨੰਬਰ ਸਾਥੋਂ ਨਹੀਂ ਪੜਿਆ ਗਿਆ। ਜਦੋਂ ਹਾਂਸੀ ਕੋਲ ਆਈ, ਉਹਨੇ ਸਾਨੂੰ ਕੱਟਿਆ, ਅਤੇ ਸਾਨੂੰ ਇਹ ਹੋ ਗਿਆ ਅਸੀਂ ਇਹਦੇ ਮਗਰ ਲਾ ਕੇ ਨਾਲ ਬਚੀਏ। ਜਦੋਂ ਹਾਂਸੀ ਦੇ ਉੱਤੇ ਫਲਾਈਓਵਰ ਦੇ ਗਏ ਹਾਂ, ਉਹਨਾਂ ਨੇ ਅੱਗੇ ਹੋ ਕੇ ਕਾਰ ਰੋਕਤੀ ਹੈ। ਅੱਛਾ ਜੀ। ਜਦੋਂ ਕਾਰ ਅੱਗੇ ਨੋਵਾ ਰੋਕੀ ਹੈ, ਉਹਦੇ ਮਗਰ ਅਸੀਂ ਹਾਂ, ਅਤੇ ਉਹਨਾਂ ਨੇ ਜਦੋਂ ਰੋਕੀ ਹੈ ਅਤੇ ਇੱਕਦਮ ਬ੍ਰੇਕ ਮਾਰੇ, ਅਤੇ ਅਸੀਂ ਵੀ ਉੱਥੇ ਖੜੋ ਗਏ ਹਾਂ। ਇਸ ਦੌਰਾਨ ਉਹ ਬੰਦੇ ਵਿੱਚੋਂ ਨਿਕਲ ਆਇਆ, ਵਿੱਚੋਂ ਨਿਕਲ, ਉਹਨਾਂ ਦੇ ਬੇਸਬਾਲ ਹੈ, ਨੌਜਵਾਨ ਬੇਸਬਾਲ ਫੜ ਕੇ, ਇੱਕ ਉਹਨਾਂ ਨੇ ਡਰਾਈਵਰ ਸਾਈਡ 'ਤੇ ਫਰੰਟ 'ਤੇ ਮਾਰਿਆ, ਅਤੇ ਇੱਕ ਨੇ ਮੇਰੇ ਪਿੱਛੇ। ਹਾਂ, ਜਦੋਂ ਇਹ ਵਾਰਦਾਤਾਂ ਹੋਈਆਂ ਜਾਂਦੀਆਂ, ਅਤੇ ਨੋਵਾ ਵਾਲਿਆਂ ਨੂੰ ਉਹਨਾਂ ਇਸ਼ਾਰਾ ਕਰਦਾ ਵੀ ਤੂੰ ਚੱਲ, ਨੋਵਾ ਵਾਲਾ ਤੁਰ ਗਿਆ, ਅਤੇ ਸਾਡਾ ਜਾਂ ਪਰਮਾਤਮਾ ਨੇ ਜਮਾਂ ਉਹਦੀ ਸਕਿੱਲਡ ਸੀਗੀ, ਉਹਨੇ ਜਿਹੜਾ ਰਸਤਾ ਚੌੜਾ ਸੀਗਾ ਉੱਥੋਂ, ਮੈਂ ਕਿਹਾ ਪੁੱਤ ਪਿੱਛੇ ਮੋੜ ਹੋ ਕੋਈ ਚਾਰਾ ਨੇ। ਇਸ ਮੁੰਡੇ ਲਖਵਿੰਦਰ ਨੇ ਦਿੱਲੀ ਵੱਲ ਨੂੰ ਚਾਲੇ ਪਾ ਲਏ।
ਅਸੀਂ ਤਕਰੀਬਨ ਜਦੋਂ ਦਿੱਲੀ ਦਾ ਹਾਂਸੀ ਦੀ ਬਾਈਪਾਸ 'ਤੇ ਸਾਨੂੰ ਉਹਨੇ ਨੰਬਰ ਦਿੱਤਾ 100 ਨੰਬਰ 'ਤੇ ਵੀ ਤੁਸੀਂ ਰਿੰਗ ਕਰੋ, ਜਿੰਨਾ ਹੋਈ ਜਾਂਦਾ ਰਿੰਗ ਕਰੋ ਅਤੇ ਮੈਂ ਬੈਗ ਮੁੜਦਾ ਅਤੇ ਤੁਸੀਂ ਪਰਵਾਹ ਨਾ ਕਰੋ। ਅਸੀਂ ਉੱਥੋਂ ਮੁੜ ਕੇ ਖੱਬੇ ਹੱਥ ਇੱਕ ਪੈਟਰੋਲ ਪੰਪ ਆ ਗਿਆ ਇੰਡੀਅਨ ਆਇਲ ਦਾ। ਅਸੀਂ ਉੱਥੇ ਕਾਰ ਲਾਈ ਹੈ, ਕਾਰ ਲਾ ਕੇ ਅਤੇ ਦਵਾ ਦਵਾ ਸੀ ਉਹਦੇ ਪਿਛਲੇ ਪਾਸੇ ਇੱਕ ਬਾਥਰੂਮ ਸੀ, ਟੋਇਲਟ ਸੀ, ਅਸੀਂ ਚਾਰੇ ਜਣੇ ਉਹਦੇ ਵਿੱਚ ਵੜ ਗਿਆ ਵੀ ਨੁਕਸਾਨ ਜਿਹੜਾ ਹੁੰਦਾ ਹੋ ਜੇ ਸਾਡੀ ਲਾਈਫ ਹੈ, ਸਾਡੇ ਤੋੜ ਪੱਟ ਤੋਂ ਅਸੀਂ ਬਚ ਗਏ। ਜਿਹੜਾ ਪੁਲਿਸ ਵਾਲਿਆਂ ਨੇ ਮੇਰੀ ਗਰਮੋ ਗਰਮੀ ਹੋਈ ਹੈ ਵੀ ਤੁਸੀਂ ਡੇਢ ਘੰਟਾ ਹੋ ਗਿਆ ਮੇਰੇ ਕੋਲ, ਮੈਂ ਸ਼ੋਰਟ ਸਕਰੀਨ ਤੁਹਾਨੂੰ ਦਿੰਦਾ ਜਿਹੜੇ ਉਹਨਾਂ ਦਾ ਨੰਬਰ ਹੈ ਵੀ ਡੇਢ ਘੰਟਾ ਹੋ ਗਿਆ ਅਸੀਂ ਹਵੇਲੀ ਤੋਂ ਲੈ ਕੇ ਹਾਂਸੀ ਤਿੱਕਰ ਤੁਹਾਨੂੰ ਪਿੱਟਦੇ ਆ ਰਹੇ ਹਾਂ ਵੀ ਸਾਨੂੰ ਸੁਰੱਖਿਆ ਚਾਹੀਦੀ, ਸਾਨੂੰ ਸੁਰੱਖਿਆ ਚਾਹੀਦਾ, ਤੁਹਾਡਾ ਕੋਈ ਪ੍ਰਬੰਧ ਨਹੀਂ ਇੱਥੇ, ਅਸੀਂ ਟੈਕਸ ਕਾਹਦੇ ਵਾਸਤੇ ਭਰਦੇ ਹਾਂ, ਟੈਕਸ ਇਹਨਾਂ ਦੇ ਸ਼ਰਾਬਾਂ ਜਾਂ ਘਰੇ ਜਾਂ ਇਸ ਐਸ਼ ਪਰੋਸ ਵਾਸਤੇ ਦਿੰਦੇ ਹਾਂ, ਤੁਸੀਂ ਸਾਡੇ ਨਾਲ ਕਰਦੇ ਦੁਰ ਵਿਹਾਰ ਹੈ, ਸਾਨੂੰ ਲੋਕੇਸ਼ਨ ਦੱਸੋ। ਮੈਂ ਲੋਕੇਸ਼ਨ ਅਸੀਂ ਉੱਪਰੇ ਬੰਦੇ, ਸਾਨੂੰ ਲੋਕੇਸ਼ਨ ਦਾ ਕੀ ਪਤਾ, ਫਿਰ ਅਸੀਂ ਲੋਕੇਸ਼ਨ ਸ਼ੇਅਰ ਕੀਤੀ। ਜਦੋਂ ਅਸੀਂ ਉਹ ਕਹਿੰਦੇ ਕਿੱਥੇ, ਅਸੀਂ ਆਖਿਆ ਜਿੰਨਾ ਚਿਰ ਫੋਰਸ ਪੈਟਰੋਲ ਪੰਪ ਦਿੰਦੇ ਹੁੰਦੇ ਅਸੀਂ ਬਾਹਰ ਨਹੀਂ ਨਿਕਲਦੇ। ਜਦੋਂ ਫੋਰਸ ਆਈ ਆ ਅਸੀਂ ਬਾਹਰ ਨਿਕਲੇ ਹਾਂ, ਉਹ ਸਾਨੂੰ ਪੁੱਛਦੇ ਵੀ ਕਿੱਧਰ ਨੂੰ ਗਏ, ਅਸੀਂ ਦਿੱਲੀ ਵਾਲੀ ਛੱਡ ਕੀਤਾ, ਫੋਰਸ ਨੇ ਦਿੱਲੀ ਵੱਲ ਹੀ ਇਸ਼ਾਰਾ ਨਹੀਂ ਕਿ ਗਏ, ਨਾ ਉਹਨਾਂ ਨੇ ਕੋਈ ਫੋਨ ਕੀਤਾ। ਮੇਰੇ ਨਾਲ ਬੈਠਾ ਸੀ ਦਵਿੰਦਰ ਸਿੰਘ, ਉਹਨੂੰ ਕਹਿੰਦੇ ਜੀ ਤੁਸੀਂ ਸਾਨੂੰ ਬਿਆਨ ਦਿਓ ਵੀ ਅਸੀਂ ਜਦੋਂ ਕੀਤਾ ਤਾਂ ਪੁਲਿਸ ਫੋਰਸ ਮੌਕੇ ਅੱਜ ਗਈ ਤਾਂ ਅਸੀਂ ਕੋਈ ਕਾਰਵਾਈ ਨਹੀਂ ਚਾਹੁੰਦੇ। ਮੈਂ ਕਿਹਾ ਯਾਰ ਕਾਰਵਾਈ ਕਿਉਂ ਨਹੀਂ ਚਾਹੁੰਦੇ, ਅਸੀਂ ਕਾਹਦੇ ਬਾਰੇ ਆ ਬੈਠੇ ਹਾਂ, ਕਾਹਦੇ ਮਰਕੇ ਤੁਹਾਨੂੰ ਸੱਦਿਆ, ਤੁਸੀਂ ਆਪ ਵੇਖੋ ਵੀ ਕਿੰਨਾ ਚਿਰ ਹੋ ਗਿਆ, ਅਸੀਂ ਕਿੰਨੇ ਵਜੇ ਤੋਂ ਲੈ ਕੇ ਕਿੰਨਾ ਚਿਰ ਤੁਹਾਨੂੰ ਰਿੰਗ ਕਰਦੇ ਹਾਂ ਵੀ ਸਾਨੂੰ ਸੁਰੱਖਿਆ ਦੀ ਲੋੜ ਆ, ਬਚਾਓ ਬਚਾਓ। ਅਸੀਂ ਹੁਣ ਆ ਗਏ ਸਾਨੂੰ ਸੁਰੱਖਿਆ ਦੀ ਲੋੜ ਨਹੀਂ, ਨਹੀਂ ਜੀ ਤੁਹਾਨੂੰ ਸੁਰੱਖਿਆ ਕਵਚ ਦੇ ਤਾ, ਜਿੱਥੇ ਜਾਓ ਅਸੀਂ ਪਹੁੰਚਾਉਣੇ ਹਾਂ। ਇੰਨਾ ਕਹਿ ਕੇ ਦੋ ਫੋਰਸ ਦੀਆਂ ਗੱਡੀਆਂ ਆਈਆਂ ਅਤੇ ਸਾਨੂੰ ਉਹਨਾਂ ਨੇ ਟੂਲ ਪਲਾਜ ਦਿੱਤੇ, ਕਹਿੰਦੇ ਜਾਓ ਜੀ ਹੁਣ ਬਸ ਤੁਸੀਂ ਫ੍ਰੀ। ਮੈਂ ਚਾਹੁੰਦਾ ਭਾਰਤ ਸਰਕਾਰ ਹੈ, ਪੰਜਾਬ ਸਰਕਾਰ ਹੈ, ਹਰਿਆਣਾ ਸਰਕਾਰ ਹੈ, ਜੇ ਪੰਜਾਬ ਸਰਕਾਰ ਸੁਰੱਖਿਆ ਫੋਰਸ ਦੇ ਸਕਦੀ ਹੈ, ਹਰਿਆਣਾ ਸਰਕਾਰ ਸ਼ੰਭੂ ਦੇ ਉੱਤੇ ਕਿਸਾਨਾਂ ਦੇ ਡੰਡੇ ਮਾਰ ਨੂੰ, ਗੋਲੀਆਂ ਨਾਲ ਭੁੰਨੋ ਨੂੰ, ਗੋਲੀਆਂ ਮਾਰ ਨੂੰ ਤਾਂ ਉਹਨਾਂ ਕੋਲ ਸੁਰੱਖਿਆ ਹੈਗੀ ਹੈ, ਅਤੇ ਜਿਹੜੇ ਟੈਕਸ ਬੇਅਰਰ ਹੈ, ਜਿਹੜੇ ਅਸੀਂ ਹਜ਼ਾਰਾਂ ਰੋਜ਼ ਟੈਕਸ ਉਹਨਾਂ ਦੇ ਹੋਟਲਾਂ ਨੂੰ ਦਿੰਦੇ ਹਾਂ, ਉਹਨਾਂ ਦੇ ਹਾਈਵੇ ਨੂੰ ਦਿੰਦੇ ਹਾਂ, ਟੈਕਸ ਭਰਦੇ ਹਾਂ, ਕਿੰਨੀਆਂ ਵਿੱਚ ਲੱਗੇ ਬੈਰੀਅਰ ਲੱਗੇ, ਟੋਲ ਪਲਾਜ ਲੱਗੇ, ਉਹਨਾਂ ਦੀ ਸੁਰੱਖਿਆ ਵਾਸਤੇ ਇਹਨਾਂ ਦੇ ਕੋਈ ਪੈਸਾ ਨਹੀਂ, ਕੋਈ ਇਹਨਾਂ ਵਾਸਤੇ ਤਾਂ ਪੈਸਾ ਨਹੀਂ ਚਾਹੀਦਾ। ਕੀ ਇਹਨਾਂ ਸਾਡੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਆ, ਕੀ ਇੰਨਾ ਪਿਆਰ ਕਰਾਂਗੇ? ਬੀਜੇਪੀ ਦੀ ਸਰਕਾਰ ਸੈਂਟਰ ਦੇ ਵਿੱਚ ਵੀ ਸੀ, ਮੈਂ ਟਿਕਰੀ ਬਾਰਡਰ ਦੇ ਉੱਤੇ 378 ਦਿਨ ਵੜ ਰਿਹਾ, ਪਰ ਮੇਰਾ ਮਨ ਇੰਨਾ ਨਹੀਂ ਡਰਿਆ ਸੀਗਾ। ਸਾਡੇ ਕੋਲ ਆਉਂਦੇ ਸੀ RSS ਦੇ ਬੰਦੇ ਆਉਂਦੇ ਸੀ, ਝੁੱਗੀਆਂ ਨੂੰ ਜਾਲਣ ਵਾਲੇ ਆਉਂਦੇ ਸੀਗੇ, ਡੰਡੇ ਲੈ ਕੇ ਆਉਂਦੇ ਸੀਗੇ, ਪਰ ਮੈਂ ਦਿਲ ਕਾਇਮ ਰੱਖਿਆ ਸੀ। ਪਰ ਜਿਹੜਾ ਇਹ ਕਾਂਡ ਹੈ, ਇਹ ਮੇਰੇ ਵਾਸਤੇ ਜਿਹੜਾ ਉਹ ਸੀਨ ਹੈ, ਮੈਂ ਆਪਦੀ ਜ਼ਿੰਦਗੀ 'ਚ ਨਹੀਂ ਭੁਲਾ ਸਕਦਾ ਗਾ, ਜਿਹੜੀ ਉਹ ਮੈਂ ਜ਼ਿੰਦਗੀ ਦੀ ਮੌਤ ਦੇ ਵਿੱਚੋਂ ਕਿਵੇਂ ਨਿਕਲਿਆ। ਜੀ ਅੱਜ ਪ੍ਰੈਸ ਕਾਨਫਰੰਸ ਹਲਕਾ ਕਰ ਰਹੇ ਹੋ, ਇਹਦਾ ਕੀ ਮਕਸਦ ਹੈ? ਮੇਰਾ ਮਤਲਬ ਇਹ ਹੈ ਵੀ ਮੈਂ ਕੱਲ੍ਹ ਜਦੋਂ ਆਇਆ ਸੀਗਾ, ਮੇਰਾ ਬੇਟਾ ਬ੍ਰਿਸਬੇਨ 'ਚ, ਉਹ ਮੈਨੂੰ ਕਹਿੰਦਾ ਡੈਡੀ ਤੁਸੀਂ ਪੋਸਟ ਪਾਓ ਲਿਖ ਕੇ ਵੀ ਅੱਜ ਦੀ ਰਾਤ ਨੂੰ ਕਿਸੇ ਨਾਲ ਕੁਛ ਵਾਪਰਿਆ ਉਹਦੀ ਜ਼ਿੰਦਗੀ 'ਤੇ ਤੁਸੀਂ ਜ਼ਿੰਮੇਵਾਰ ਹੋਵੋਗੇ, ਤੁਹਾਡੇ ਨਾਲ ਵਾਪਰਿਆ ਲੋਕਾਂ ਨੂੰ, ਜਿਹੜਾ ਮੀਡੀਆ ਹੈ, ਮੀਡੀਆ ਕਰਮੀ ਕਿਉਂ ਅਸੀਂ ਮੀਡੀਆ ਨੂੰ ਪੁੱਛਦੇ ਹਾਂ, ਜਾਂ ਲੋਕ ਸ਼ਕਤੀ ਕਿਉਂ ਮੀਡੀਆ ਨੂੰ ਹੈ ਵੀ ਦੁਨੀਆਂ ਤੀਕਰ ਤੁਹਾਡੀ ਆਵਾਜ਼ ਪੜੂ ਵੀ ਆਹ ਕੁਛ ਹੋ ਗਿਆ, ਹੋਰ ਕਿਸੇ ਨਾਲ ਨਾ ਵਾਪਰੇ? ਜਦੋਂ ਮੈਂ ਇਹ ਚੀਜ਼ ਨੂੰ ਪ੍ਰੈਸ ਕਾਨਫਰੰਸ 'ਚ ਕਰਦਾ, ਫਾਲਕਾ ਦੇ ਵਿੱਚ ਬਹਿ ਕੇ, ਸਰਕਾਰ ਦਾ DC ਹੈ, SSP ਹੈ, ਸਰਕਾਰ ਨੂੰ ਅਸੀਂ ਪੰਜਾਬ ਸਰਕਾਰ ਨੂੰ ਟੈਕਸ ਦਿੰਦੇ ਹਾਂ, ਪੰਜਾਬ ਦੇ ਨਾਗਰਿਕਾਂ ਦੇ ਜ਼ਿੰਮੇਵਾਰ ਕੌਣ ਕਰੂਗਾ? ਤੁਸੀਂ ਕਿਸਾਨ ਜਥੇਬੰਦੀ ਦੇ ਆਗੂ, ਉੱਥੋਂ ਦੀ ਕਿਸਾਨ ਜਥੇਬੰਦੀ ਦੇ ਆਗੂ ਨਾਲ ਗੱਲਬਾਤ ਨਹੀਂ ਕੀਤੀ? ਮੈਂ ਜਦੋਂ ਕੱਲ੍ਹ ਤੜਕੇ ਦੀ ਗੱਲ ਹੈ, 12 ਵਜੇ ਆਏ ਹਾਂ, ਕੱਲ੍ਹ ਮੇਰਾ ਆਇਆ ਗਿਆ, ਅੱਜ ਮੈਂ ਤੁਹਾਡੇ ਨਾਲ ਮੀਡੀਆ 'ਤੇ ਮੁਖਾਤਬ ਹੋਇਆ, ਮੈਨੂੰ ਪ੍ਰੈਸ ਦਾ ਜਥੇਬੰਦੀਆਂ ਦਾ ਫੋਨ ਆਉਂਦਾ, ਸੋਮਵਾਰ ਨੂੰ ਮੈਂ SSP ਦੇ ਜਿਹੜਾ ਪ੍ਰਸ਼ਾਸਨ ਹੈ ਪੰਜਾਬ ਦਾ ਉਹਨੂੰ ਮਿਲਣਾ। ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਹਰਿਆਣੇ ਨਾਲ ਸਾਡੀ ਕੀ ਦੁਸ਼ਮਣੀ ਹੈ?
ਹਰਿਆਣਾ ਭਾਈਚਾਰਾ ਸੀ, ਪੰਜਾਬ ਤੇ ਹਰਿਆਣਾ ਭਾਈਚਾਰਾ ਲੜ ਕੇ ਅੰਦੋਲਨ ਲੜਿਆ, ਪਰ ਬੀਜੇਪੀ ਵਾਲੇ ਕਹਿੰਦੇ ਵੀ ਪੰਜਾਬ ਤੇ ਹਰਿਆਣਾ ਲੜਨ, ਉਹਨਾਂ ਨੂੰ ਪਤਾ ਨਹੀਂ ਸੀ ਇੱਥੋਂ ਦੇ ਵਾਹਣ ਜਾਂਦੇ ਆ, ਇੱਥੋਂ ਦੀਆਂ ਗੱਡੀਆਂ ਜਾਂਦੀਆਂ ਜਿਹੜੀਆਂ ਦਿਸ਼ਣਾ ਹੈਗੀਆਂ ਆ, ਪੰਜਾਬ ਦੇ ਏਅਰਪੋਰਟ ਨੂੰ ਕਿਉਂ ਨਹੀਂ ਕਾਮਯਾਬ ਕਰਨ ਦਿੰਦੀ ਬੀਜੇਪੀ, ਜਾਂ ਦਿੱਲੀ 'ਚ ਕਿਉਂ ਨਹੀਂ ਕਰਨ ਜਾਂਦੇ? 6000 ਗੱਡੀ ਸਾਡੀ ਪੰਜਾਬ ਦੀ ਆਪਦੇ ਬੱਚਿਆਂ ਨੂੰ ਚੜਾਉਣ ਵਾਸਤੇ ਲੈਂਦੇ, ਕਿੰਨਾ ਪੈਟਰੋਲ ਮਚਾਉਂਦੇ ਆ, ਕਿੰਨਾ ਅਸੀਂ ਜਿਹੜਾ ਰੈਵਨਿਊ ਆ ਹਰਿਆਣੇ ਨੂੰ ਦਿੰਦੇ ਹਾਂ, ਕਿੰਨਾ ਸਰਕਾਰ ਸੈਂਟਰ ਸਰਕਾਰ ਨੂੰ ਦਿੰਦੇ ਹਾਂ, ਅਤੇ ਸਾਡੀ ਸੁਰੱਖਿਆ ਕੌਣ ਕਰੂਗਾ? ਸਾਡੀ ਸੁਰੱਖਿਆ ਲੁਟੇਰੇ ਕਰਨਗੇ? ਜੀ ਇਹ ਜਿਹੜਾ ਵਾਕਿਆ ਹੋਇਆ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ? ਕਾਰਨ ਸਰਕਾਰ ਦੀ ਨਲਾਇਕੀ ਹੈ, ਸਰਕਾਰ ਦੀ ਨਲਾਇਕੀ ਨਾ ਹੋਵੇ, ਸਰਕਾਰ ਹਰਿਆਣੇ 'ਤੇ ਬੈਠੀ ਹੈ, ਬਾਰਡਰ 'ਤੇ ਰੇਟੀ, ਸਾਨੂੰ ਦਿੱਲੀ ਨਹੀਂ ਜਾਂਦੇ, ਇੱਥੇ ਕਿਉਂ ਨਹੀਂ ਸਰਕਾਰ ਆਪਦਾ ਪ੍ਰਬੰਧ ਕਰ ਸਕਦੀ? ਤਾਂ ਜਿਵੇਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ, ਇੱਕ ਜਿਹੜੀ ਉੱਥੇ ਇਨੋਵਾ ਵੀ ਰੋਕੀ ਗਈ ਸੀ, ਬਟ ਇਨੋਵਾ ਨੂੰ ਜਾਣ ਦਿੱਤਾ ਗਿਆ, ਸਪੈਸ਼ਲ ਤੁਹਾਡੇ 'ਤੇ ਹੀ ਹਮਲਾ ਕੀਤਾ ਗਿਆ, ਇਹਦੇ ਕੋਈ ਸਪੈਸ਼ਲ ਕਾਰਨ ਵੀ ਹੋ ਸਕਦੇ ਜਿਵੇਂ ਤੁਸੀਂ ਕਿਸਾਨ ਯੂਨੀਅਨ ਦੇ ਪ੍ਰਧਾਨ ਹੋ? ਨਹੀਂ, ਕਿਸਾਨ ਯੂਨੀਅਨ ਦਾ ਤਾਂ ਉੱਥੇ ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਇਹ ਕਿਸਾਨ ਯੂਨੀਅਨ ਦਾ ਜਾਂ ਆਮ ਨਾਗਰਿਕ ਹੈ, ਪਰ ਜਦੋਂ ਉੱਥੋਂ ਲੱਗੇ ਹੈ, ਜਦੋਂ ਅਸੀਂ ਉਹਨਾਂ ਨਾਲ ਚਾਹ ਪਾਣੀ ਪੀਂਦੇ ਹਾਂ, ਮੇਰੀ ਮਿਸਿਜ ਆਈ ਹੈ, ਇਹਦੇ ਉੱਤੇ ਸਾਡੇ ਕੱਪੜੇ ਆ, ਉਹਨਾਂ ਨੇ ਜਦੋਂ ਵੇਖਿਆ ਵੀ ਅਸੀਂ ਟਾਰਗੇਟ ਇਹ ਸੀ, ਜਾਂ ਨੋਵਾ ਗੱਡੀ ਸੀ ਵੀ ਸਾਡੀ ਪਹੁੰਚ ਤੋਂ ਬਾਹਰ ਹੈ, ਇਹ ਵੀ ਹੋ ਸਕਦੇ ਵੀ ਨੋਵਾ ਨੂੰ ਉਹ ਪਹੁੰਚ ਨਾ ਕਰਦੇ ਹੋਣ, ਸਾਨੂੰ ਆ ਗਏ, ਪਰ ਅਸ ਮੈਂ ਤਾਂ ਇਹ ਜਿਹੜੀ ਗੱਲ ਦੀ ਵਾਰਦਾਤ ਵਾਪਰੀ ਹੈ, ਮੈਂ ਕਹਿੰਦਾ ਵੀ ਬੱਸਾਂ ਵੀ ਸਾਡੀਆਂ ਸੇਫ ਨਹੀਂ, ਜੇ ਬੱਸਾਂ ਅੱਗੇ ਉਹ 4 ਟਾਲੀਆਂ ਵੱਢ ਕੇ ਦਰਖਤ ਮੁੜ ਕੇ ਰੋਕ ਲੈਂਦੇ ਹੈ, ਅਤੇ 4 ਬੰਦੇ ਗੰਨਾਂ ਨੇ ਨਿਕਲਣਗੇ, ਅਸੀਂ ਕਹਿੰਦੇ ਵੀ ਬੱਸ ਸੇਫ ਹੈ, ਬੱਸ ਦੇ ਵਿੱਚ ਜਾਵਾਂਗੇ, ਉਹ ਸਾਡੀਆਂ ਤਾਂ ਬੱਸਾਂ ਵੀ ਸੇਫ ਨਹੀਂ। ਤੁਹਾਡੇ ਅਨੁਸਾਰ ਇਹ ਲੋਅ ਐਂਡ ਆਰਡਰ ਦਾ ਮਸਲਾ ਹੈਗਾ, ਵੀ ਸੜਕਾਂ ਜਿਹੜੀਆਂ ਸੇਫ ਨਹੀਂ ਹੈਗੀਆਂ ਆਮ ਨਾਗਰਿਕਾਂ ਵਾਸਤੇ ਵੀ, ਅਤੇ ਜਿਹੜੇ ਵੀ ਲੋਕ ਉੱਥੋਂ ਗੁਜ਼ਰਦੇ ਨੇ ਉਹਨਾਂ ਨੂੰ ਲੁਟੇਰਿਆਂ ਤੋਂ ਖਤਰਾ ਹੈਗਾ? ਬਿਲਕੁਲ ਜੀ, ਸਾਰਾ ਲਾਅ ਐਂਡ ਆਰਡਰ ਦੀ ਸਰਕਾਰ ਦੀ ਨਾਕਾਮੀ ਵੀ ਹੈ, ਜੇ ਸਰਕਾਰ ਆਪਦਾ ਨਾਕਾਮੀ ਨਾ ਹੋਵੇ ਤਾਂ ਉਹਦੇ ਕੋਈ ਜ਼ਿੰਮੇਵਾਰੀ ਨਹੀਂ। 150 ਕਿਲੋਮੀਟਰ ਅਸੀਂ ਸਾਡੀ ਜੱਦੋਜਹਿਦ ਹੁੰਦੀ ਰਹੀ ਹੈ, 100 ਕਿਲੋਮੀਟਰ 'ਤੇ ਇੱਕ ਵੀ ਸਾਨੂੰ ਪੁਲਿਸ ਦੀ ਗੱਡੀ ਨਹੀਂ ਮਿਲੀ, ਪੁਲਿਸ ਦਾ ਕਰਮਚਾਰੀ ਨਹੀਂ ਮਿਲਿਆ ਗਾ, ਨਾ ਸਾਡੇ ਕੋਲ ਅਸੀਂ ਹਵੇਲੀ ਤੋਂ ਲੈ ਕੇ ਹਾਂਸੀ ਬਾਈਪਾਸ ਤਿੱਕਰ ਫਲਾਈਓਵਰ ਤਿੱਕਰ, ਸਾਨੂੰ ਦੱਸੋ ਵੀ ਕਿਹੜੀ ਉੱਥੇ ਡਿਊਟੀ ਸੀ, ਕਿਹਨੇ ਦੱਸੀ? ਜਿਹੜਾ ਅਸੀਂ ਆ, ਮੈਂ ਨੰਬਰ ਤੁਹਾਨੂੰ ਸ਼ੇਅਰ ਕਰਦਾ ਜਿਹੜੀਆਂ ਮੇਰੇ ਨਾਲ ਸ਼ਾਰਟ ਸਕਰੀਨ ਲਈ ਹੈ, ਕੋਈ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਗੀ, ਜਾਂ ਉਹਨਾਂ ਦੀ ਜਿਹਨਾਂ ਨੂੰ ਅਸੀਂ ਵਾਇਰਲੈਸ ਵਾਰੀ ਵਾਰੀ ਫੋਨ ਕਰਦੇ ਉਹਨਾਂ ਦੀ ਜ਼ਿੰਮੇ, ਮੈਨੂੰ ਪੁੱਛਦੇ ਕਿੱਥੇ, ਮੈਂ ਕਿਹਾ ਨੈਸ਼ਨਲ ਹਾਈਵੇ 'ਤੇ ਹੈ, ਅਸੀਂ ਲਿੰਕ ਰੋਡ 'ਤੇ ਨਹੀਂ ਗਏ, ਸਾਨੂੰ ਬਚਾਓ, ਸਾਨੂੰ ਬਚਾਓ। ਜਦੋਂ ਤੁਸੀਂ ਪੰਜਾਬ ਦੀ ਸੀਮਾ 'ਚ ਐਂਟਰ ਕਰ ਗਏ ਉਦੋਂ ਵੀ ਇਹੀ ਹਾਲ ਸੀ? ਨਹੀਂ ਨਹੀਂ, ਉਹ ਤਾਂ ਦਿਨ ਚੜ੍ਹ ਗਿਆ ਸੀ ਸਾਨੂੰ ਉੱਥੇ ਛੱਡ ਕੇ, ਨਾ ਹਰਿਆਣੇ ਦੇ ਵਿੱਚ ਵੀ ਸਾਨੂੰ ਜਦੋਂ ਦਿਨ ਚੜ੍ਹ ਗਿਆ ਸਾਨੂੰ ਟੂਲ ਪਲਾਜ਼ੇ 'ਤੇ ਸਕਿਉਰਿਟੀ ਸੱਦ ਕੇ ਗਈ ਹੈ, ਸਾਨੂੰ ਕਹਿੰਦੇ ਹੁਣ ਸਾਨੂੰ ਆ ਗਿਆ, ਅਸੀਂ ਕਿਹਾ ਬਿਲਕੁਲ ਆ ਗਿਆ, ਹੁਣ ਦਿਨ ਚੜ੍ਹ ਗਿਆ। ਪਰ 4:15 ਵਜੇ ਤੋਂ ਲੈ ਕੇ 3:30 ਵਜੇ ਆਮ ਅਸੀਂ ਪੰਜਾਬ ਦੇ ਵਿੱਚ ਇਹਨਾਂ ਨੇ 4 ਵਜੇ ਉੱਠ ਕੇ ਪਾਠ ਕਰਨਾ ਸ਼ੁਰੂ ਕਰਦੇ ਹਾਂ, ਕੰਮ ਵਿਆਰ ਦੁੱਟਦੇ ਹਾਂ, 4 ਵਜੇ ਵੀ ਅਸੀਂ ਸੁਰੱਖਿਅਤ ਨਹੀਂ ਯਾਰ। ਅਕਸਰ ਹੀ ਲੋਕ ਜਿਹੜਾ ਦਿੱਲੀ ਤੋਂ ਆਪਣੇ ਜਿਹੜੇ ਰਿਸ਼ਤੇਦਾਰ ਆਉਂਦੇ ਆ ਦਿੱਲੀ ਏਅਰਪੋਰਟ ਤੋਂ ਲੈਣ ਦੇ ਲਈ ਜਾਂਦੇ ਆ ਪੰਜਾਬ ਤੋਂ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੇਰਾ ਤਾਂ ਸੁਨੇਹਾ ਇਹ ਹੈ ਵੀ ਮੇਰੇ ਵੀਰੋ, ਮੇਰੇ ਬੱਚੋ, ਮੇਰੇ ਭਰਾਵੋ, ਪੰਜਾਬ 'ਚੋਂ ਜਾਓ, ਪੰਜਾਬ 'ਚੋਂ ਪਾਣੀ ਲੈ ਕੇ ਜਾਓ, ਚਾਹ ਦੀ ਬੋਤਲ ਲੈ ਕੇ ਜਾਓ, ਕਿਸੇ ਹੋਟਲ 'ਤੇ ਨਾ ਫੜੋ, ਸਿੱਧੇ ਜਾਓ। ਇੱਕ ਤੁਸੀਂ ਕਿਸੇ ਦਾ ਇਹ ਨਾ ਪਾਓ ਵੀ ਮੈਂ ਰਸੀਦਾ ਮੇਰਾ ਇਹਦੇ 'ਤੇ ਆਪਣਾ ਸੋਸ਼ਲ ਮੀਡੀਆ ਵਰਤਣ ਵਾਸਤੇ ਆ, ਬੜੀ ਚਾਰੇ ਜਾਣਕਾਰੀ ਆ, ਪਰ ਇਹ ਜਾਣਕਾਰੀ ਸਾਂਝੀ ਨਾ ਕਰੋ ਇਹਦੇ ਨਾਲ ਜਿਹੜੇ ਜਾ ਕੇ ਜੱਫੀ ਪਾਉਂਦੇ ਵੀ ਸਾਨੂੰ ਬਚਾ। ਤੁਹਾਡਾ ਕਹਿਣ ਦਾ ਮਕਸਦ ਇਹ ਵੀ ਸਰਕਾਰ ਨੂੰ ਚਾਹੀਦਾ ਹੈ ਜ਼ਿੰਮੇਵਾਰੀ ਲੈਵੇ, ਹਾਈਵੇ ਟੋਲ ਲੈਂਦੀ ਹੈ, ਸਭ ਕੁਝ ਲੈਂਦੀ ਸਰਕਾਰ, ਤੇ ਨਾਗਰਿਕ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ। 150 ਕਿਲੋਮੀਟਰ ਨੈਸ਼ਨਲ ਹਾਈਵੇ, ਲਿੰਕ ਰੋਡ ਨਹੀਂ, ਨੈਸ਼ਨਲ ਹਾਈਵੇ, ਸਾਰਾ ਪੰਜਾਬ ਉੱਥੋਂ ਹੁੰਦਾ,
ਸਾਰਾ ਪੰਜਾਬ, ਗੰਗਾਨਗਰ, ਸਾਰਾ ਪੰਜਾਬ ਇੱਥੋਂ ਦੀ ਆਉਂਦਾ। ਮੈਂ ਤਾਂ ਭੱਜਿਆ, ਮੈਂ ਬੈਠਾ ਪਾਕਿਸਤਾਨ ਦੇ ਬਾਰਡਰ ਤੇ ਫਾਜ਼ਿਲਕਾ ਤੋਂ। ਮੈਂ ਪ੍ਰੈਸ ਕਾਨਫਰੰਸ ਇਸ ਕਰਕੇ ਤੁਹਾਡਾ ਧੰਨਵਾਦ ਕਰਦਾ, ਤੁਸੀਂ ਇਹ ਮੇਰੀ ਗੱਲ ਪੰਜਾਬ ਦੇ ਵਿੱਚ, ਪੰਜਾਬ ਦੇ ਫਾਜ਼ਿਲਕਾ ਦੇ ਵਿੱਚ ਹਰਿਆਣਾ ਸਰਕਾਰ ਦੀ ਕਿਹੜੀ ਗੱਲ ਪਹੁੰਚੇ ਵੀ ਤੁਹਾਨੂੰ ਇੰਨੀਆਂ ਕਾਲਾਂ ਕੀਤੀਆਂ। ਮੈਂ ਰਿਕਾਰਡ ਦਿੰਦਾ ਜਾਂ ਪੰਚਕੂਲਾ ਤੇ ਵੇਖ ਲੈਣ ਵੀ 94-6-468 ਤੋਂ ਕਿੰਨੀਆਂ ਕਾਲਾਂ ਆਈਆਂ ਤੁਸੀਂ, ਤੇ ਤੁਸੀਂ ਕਿੰਨੀਆਂ ਵਾਰ ਸਿਕਿਉਰਿਟੀ ਦਿੱਤੀ ਹੈ, ਕਿੰਨੇ ਵਾਰ ਚਿਰ ਗਏ ਹੈ। ਜੇ ਨੈਸ਼ਨਲ ਹਾਈਵੇ ਤੇ ਅਸੀਂ ਲੋਕੇਸ਼ਨ ਦੱਸਾਂਗੇ ਵੀ ਇਸ ਪੈਟਰੋਲ ਪੰਪ ਤੇ ਆਓ, ਸਾਰੀ ਤੁਹਾਡੀ 20-25 ਗੱਡੀ ਮੈਨੂੰ ਤੇ ਹੋਵੇ ਵੀ ਤੁਸੀਂ ਕਿੱਥੇ ਬੈਠੇ ਹੋ। ਦਾਇਰੇ ਤੇ ਹੁਣ ਅੱਧੇ ਘੰਟੇ ਘੰਟੇ ਬਾਅਦ, ਰਾਤ ਨੂੰ ਥੋੜਾ ਜ਼ਿਆਦਾ ਹੋਵੇ, ਦਿਨੇ ਘੱਟ ਨਾਲ ਵੀ ਸਰ ਜਾਂਦਾ। ਤੁਹਾਡੇ ਵੱਲੋਂ ਇੱਕ ਇਹ ਵੀ ਦੱਸਿਆ ਗਿਆ ਜਿਹੜਾ ਡਰਾਈਵਰ ਦੀ ਸੂਝ ਬੂਝ ਦੇ ਨਾਲ ਜਿਹੜਾ ਤੁਹਾਡਾ ਬਚਾਅ ਹੋਇਆ, ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਵੀ ਲੋਕ ਜਾਂਦੇ? ਮੈਂ ਇਹ ਧੰਨਵਾਦ ਕਰਦਾ ਪਰਮਾਤਮਾ ਉਸ ਬੱਚੇ ਦੀ ਲਿਮ ਜ਼ਿੰਦਗੀ ਨੂੰ ਕਾਮਯਾਬ ਬੱਚੇ। ਮੈਂ ਕਹਿੰਦਾ ਵੀ ਐਕਸਪਰਟ ਡਰਾਈਵਰ ਨਾਲ ਜਾਣਾ ਚਾਹੀਦਾ, ਨਾਨ ਸਕਿੱਲਡ, ਕਿਉਂਕਿ ਬੱਚੇ ਆ ਸਾਡੇ। ਜੇ ਸਕਿੱਲਡ ਬੱਚਾ ਨਾ ਹੁੰਦਾ, ਮਾੜਾ ਡਰਾਈਵਰ ਹੁੰਦਾ, ਤਾਂ ਉਹਨੇ ਦਿਲ ਛੱਡ ਜਾਣਾ ਸੀ, ਆਪਦਾ ਸੰਤੁਲਨ ਗੁਆ ਦੇਣਾ ਸੀ। ਗੱਡੀ ਥੱਲੇ ਮਾਰਦਾ, ਗੱਡੀ ਉਹਨਾਂ ਦੇ ਜਿਵੇਂ ਉਹਨਾਂ ਨੇ ਇੱਕਦਮ ਬ੍ਰੇਕ ਮਾਰਦੇ ਸੀ, ਸਾਈਡ ਨਾ ਲੈ ਸਕਦਾ। ਮੁੰਡੇ ਦਾ ਨਾਂ ਲਖਵਿੰਦਰ ਸਿੰਘ ਹੈ, ਅਤੇ ਉਹਦਾ ਮੈਂ ਮੋਬਾਇਲ ਨੰਬਰ ਵੀ ਬੋਲਦਾ, ਉਹ ਤੋਂ ਤੁਸੀਂ ਕਨਫਰਮ ਹੀ ਕਰ ਲਓ। 98-767-56-005 ਇਹ ਆਪਣੇ ਫਾਜ਼ਿਲਕਾ ਦਾ ਲੋਕਾਂ, ਇਹ ਚਿਮਨੇ ਵਾਲਾ ਦੀ ਜੀ ਮੋਹਾਲੀ ਤੋਂ ਦਿੱਲੀ ਜਾਂਦਾ ਹੈ, ਮੋਹਾਲੀ ਤੋਂ ਦਿੱਲੀ ਜਾਂਦਾ ਹੈ। ਜਦੋਂ ਸਾਡਾ ਪਰਿਵਾਰ ਆਉਂਦਾ ਸੀ, ਹਮ ਤਾਂ ਸਾਰਿਆਂ ਨੂੰ ਹਾਇਰ ਕਰਦੇ ਹਾਂ, ਇਸੇ ਨੂੰ ਕਰਦੇ ਹਾਂ। ਅੱਗੇ ਪਿੱਛੇ ਵੀ ਤੁਸੀਂ ਉਹਨਾਂ ਲਿਆ? ਅੱਗੇ ਪਿੱਛੇ ਵੀ ਉਹਨਾਂ ਨੇ ਜਾਣਾ। ਮੈਂ ਜਦੋਂ ਇਹਨੂੰ ਆਖਿਆ ਸੀਗਾ, ਪੁੱਤ ਹੁਣ ਅਸੀਂ ਤਾਂ 70-72 ਹੋ ਗਏ, ਸਾਡਾ ਸਮਾਂ ਨੇੜੇ ਹੈ, ਅਤੇ ਤੂੰ ਆਪਦੀ ਜਾਨ ਬਚਾ। ਉਹ ਕਹਿੰਦਾ ਨਹੀਂ, ਜਦੋਂ ਅਸੀਂ ਸਵਾਰੀ ਲੈਂਦੇ ਨਾ, ਸਾਡੇ ਨਾਲੋਂ ਸਾਡੀ ਸਵਾਰੀ ਦੀ ਜਾਨ ਜ਼ਰੂਰੀ ਹੈ। ਅਸੀਂ ਕਿਉਂਕਿ ਇਹ ਉਹ ਡਰਾਈਵਰ ਤੇ ਅੱਕੇ ਪਏ ਸੀਗੇ, 150 ਕਿਲੋਮੀਟਰ ਇਹਨੇ ਉਹਨਾਂ ਨਾਲ ਕਦੇ ਸੱਜੇ ਕਦੇ ਖੱਬੇ ਕਦੇ ਗਾਂਹ ਕਦੇ ਪਿਛਾਂ, ਉਹਨਾਂ ਨੂੰ ਟਾਰਗੇਟ ਸਾਡੇ ਨਾਲੋਂ ਡਰਾਈਵਰ ਜ਼ਿਆਦਾ ਸੀਗਾ। ਅਤੇ ਅਸੀਂ ਇਹਨੂੰ ਜਦੋਂ ਆਖਿਆ ਵੀ ਪੁੱਤ ਤੂੰ ਜਾਣ ਦੇ, ਅਤੇ ਸਾਡੇ ਹੱਥ ਬੰਨਿਆ, ਤੇਰੀ ਲਾਈਫ ਅਜੇ 25-28 ਸਾਲ ਦਾ ਹੈ, ਅਤੇ ਤੂੰ ਸਾਡੇ ਤਾਂ ਅਸੀਂ ਸਮਰ ਭੋਕੀ ਬੈਠੇ ਹਾਂ, ਅਤੇ ਤੂੰ ਜਾਣ ਦੇ। ਉਹ ਕਹਿੰਦਾ ਨਹੀਂ, ਇਹ ਨਹੀਂ ਹੋ ਸਕਦਾ, ਜਿੰਨਾ ਚਿਕਰ ਮੈਂ ਜਾਣਾ। ਮੈਂ ਤੁਹਾਨੂੰ ਯਾਰ ਬਿਆਨ ਨਹੀਂ ਕਰ ਸਕਦਾ ਜਿਹੜਾ ਮੇਰੇ ਦਿਲ 'ਤੇ ਬੀਤਦੀ ਹੈ। ਮੈਂ ਕਿਸ ਹਾਲਤ ਦੇ ਵਿੱਚ, ਅਸੀਂ ਹੱਥ ਬੰਨਦੇ ਸੀਗੇ ਵੀ ਤੂੰ ਜਾਣ ਦੇ ਪੁੱਤ, ਜਾਣ ਦੇ, ਜਿਹੜਾ ਹੋ ਗਿਆ ਬਹੁਤ ਹੋ ਗਿਆ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਚੁਕਾਦਾ ਲੈਂਦੇ ਟੈਕਸ, ਹਰਿਆਣੇ ਦੇ ਵਿੱਚ ਸਾਨੂੰ ਮਰਾਉਣ ਵਾਸਤੇ ਵਾੜਦੇ ਆ, ਪੰਜਾਬ ਦਾ ਅਤੇ ਮੋਹਾਲੀ ਦਾ ਕਿਉਂ ਨਹੀਂ ਏਅਰਪੋਰਟ ਚਲਾਉਂਦੇ ਤੁਸੀਂ? ਮੈਂ ਪੰਜਾਬ ਦੇ ਲੋਕਾਂ ਨੂੰ ਵੀਰ ਕਰਦਾ ਵੀ ਤੁਸੀਂ ਨਾ ਜਾਓ, ਤੁਸੀਂ ਸਰਕਾਰ ਦੇ ਉੱਤੇ ਬੈਨ ਕਰ ਦਿਓ, ਧਰਨੇ ਲਾ ਦਿਓ, ਤੁਸੀਂ ਜਿੱਥੇ ਹੋਰ ਲਾਉਂਦੇ ਆ ਵੀ ਜਿੰਨਾ ਚਿਰ ਅੰਮ੍ਰਿਤਸਰ ਅਤੇ ਮੋਹਾਲੀ ਦਾ ਨਹੀਂ ਜਾਂਦਾ, ਅਸੀਂ ਨਹੀਂ ਜਾਣਾ ਦਿੱਲੀ। ਕਿਉਂ ਜਾਂਦੇ ਆ, ਕਿਉਂ ਮਰਾਉਣ ਜਾਂਦੇ ਆ ਤੁਸੀਂ ਸਾਨੂੰ? ਕਿਤੇ ਨਾ ਕਿਤੇ ਉਹ ਜਿਹੜਾ ਡਰ ਸੀ ਉਹ ਹੁਣ ਵੀ ਤੁਹਾਡੇ ਅੰਦਰ ਆ ਗਿਆ ਵੀ ਮੈਂ ਕਹਿੰਦਾ ਕਿ ਉਹ ਦਿਨਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਹੈ, ਜਦੋਂ ਮੈਨੂੰ ਦੇਸ਼ਾਂ ਵਿਦੇਸ਼ਾਂ ਨੂੰ ਮੈਂ ਸਾਰਿਆਂ ਦਾ ਫੋਨ ਨਹੀਂ ਚੱਕ ਸਕਦਾ ਗਾ। ਮੈਂ ਕੋਸ਼ਿਸ਼ ਕਰਦਾ, ਮੈਂ ਮੇਰੇ ਬੇਟੇ ਨੇ ਆਖਿਆ ਵੀ ਤੁਸੀਂ ਫੋਨ ਫੇਸਬੁੱਕ 'ਤੇ ਲਿਖੋ ਲੋਕਾਂ ਨੂੰ, ਜੇ ਅੱਜ ਕਿਸੇ ਨਾਲ ਹੋ ਗਿਆ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ? ਮੈਂ ਕਿਹਾ ਮੈਂ ਇਸ ਦੇ ਵਿੱਚ ਨਹੀਂ ਗਾ ਵੀ ਮੈਂ ਅੱਜ ਲਿਖ ਸਕਾਂ, ਤੂੰ ਲਿਖ ਦੇ, ਮੇਰਾ ਨੰਬਰ ਲੈ ਦੇ, ਜਿਹੜਾ ਮੈਂ ਆਊਂਗਾ ਦੱਸੂੰਗਾ। ਮੇਰਾ ਬੱਚੇ ਨੇ ਲਿਖਿਆ ਮੈਨੂੰ ਸਪੇਨ ਤੋਂ, ਜਰਮਨ ਤੋਂ, ਕਨੇਡਾ ਤੋਂ, ਆਸਟ੍ਰੇਲੀਆ ਤੋਂ ਫੋਨ ਆਉਂਦੇ ਆ, ਮੈਂ ਸੁਣ ਵੀ ਨਹੀਂ ਸਕਦਾ, ਮੈਂ ਆਪ ਵਿਦਿਆ ਤੇ ਕਿਵੇਂ ਦੱਸਾਂ? ਤੁਹਾਡੀ ਗੱਲ ਬਿਲਕੁਲ ਜਾਇਜ਼, ਸਰਕਾਰ ਨੂੰ ਚਾਹੀਦਾ ਇਸ ਮਾਮਲੇ ਵਿੱਚ ਕੁਛ ਟੋਲ ਕਟਿੰਦੇ ਨੇ, ਸਰਕਾਰ ਟੈਕਸ ਲੈਂਦੀ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਅਸੀਂ ਤੁਹਾਡੀ ਗੱਲ ਸਮਰਥਨ ਕਰਦੇ ਹਾਂ। ਲੋਕਾਂ ਨੂੰ ਤੁਹਾਡੇ ਵੱਲੋਂ ਜਾਗਰੂਕ ਕੀਤਾ ਜਾ ਰਿਹਾ, ਬਹੁਤ ਵਧੀਆ ਤੁਸੀਂ ਕਦਮ ਉਠਾਇਆ ਪ੍ਰੈਸ ਕਾਨਫਰੰਸ ਰਾਹੀਂ, ਜਿਹੜਾ ਬੰਦਾ ਬਾਹਰ ਜਾਵੇ ਧਿਆਨ ਨਾਲ ਜਾਵੇ ਯਾਰ, ਹੋਸ਼ ਵੱਧ ਜਾਵੇ, ਪਾਣੀ ਲੈ ਕੇ ਜਾਓ ਜਿੰਨਾ ਚਿਕਰ ਅਗਲਾ ਨਹੀਂ ਸਟੈਪ ਹੁੰਦੇ। ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਆਪਾਂ ਹਮਲਾ ਮਾਰੀਏ ਅੰਮ੍ਰਿਤਸਰ ਤੇ ਮੋਹਾਲੀ ਦਾ ਏਅਰਪੋਰਟ ਚਲਾਈਏ, ਅਸੀਂ ਅੰਮ੍ਰਿਤਸਰੋਂ ਭਾਵੇਂ ਕਦੋਂ ਆਈਏ ਅਸੀਂ ਨਾ ਆਵਾਂਗੇ ਤੇ ਉੱਥੇ ਰਹਿ ਪਾਂਗੇ।
ਸਾਡੇ ਦਿੱਲੀ ਵੀ ਲੁੱਟ ਹੁੰਦੀ ਹੈ, ਜਿੱਥੇ ਆਦੀਆਂ ਲੁੱਟ ਹੁੰਦੀਆਂ ਸੀ ਯਾਰ, ਇੰਨਾ ਟੈਂਟ ਭਰਤਾ ਦੇਸ਼ ਦਾ, ਬੱਚੇ ਅਸੀਂ ਬਾਰਡਰਾਂ 'ਤੇ ਮਰਵਾ ਲਏ, ਬੱਚੇ ਅਸੀਂ ਵਿਦੇਸ਼ ਭੇਜਤੇ, ਸਾਡੇ ਤੋਂ ਇਹਨੇ ਕੀ ਪਾਲਦੀ ਹੈ ਸਿੱਖ ਸਰਕਾਰ।